पंजाब की धरती से जुड़ी एक रोमांटिक पारिवारिक व कॉमेडी से भरपूर फिल्म होगी लाटू। लगातार आ रही पंजाबी फिल्मों में अब अभिनय करियर की शुरुआत करने जा रहे गायक गगन कोकरी की फिल्म लाटू आ रही है, जिसमें गगन कोकरी के साथ हीरोइन अदिति शर्मा, करमजीत व अन्य कलाकार भी होंगे। लाटू जिमें कि तुहानू नाम ही पता लगता लाटू, सो इहदे विच असीं एक बिजली दी लाइट दी गल कीती है। सो उन्हां टाइमां दी गल कीती है जदों पंजाब दे विच लाइट है नहीं सी, ते उस तों बाद लाइट आई है। उन्हां दोनों दे विच की चेंज सीगा और किहड़ियां किहड़ियां मुश्किलां दे विच लाइट आई है और किद्दां लियांदी गई और लोकां दी मैंटैलिटी लाइट दे प्रति की सीगी। सो मेनली साडा जिहड़ा कॉन्सैप्ट आ, इट्स अ मिक्सचर ऑफ फन ते टारगेट ਅਤੇ ਉਹਦੇ ਨਾਲ ਨਾਲ ਪਿਆਰ ਅਤੇ ਰਿਸ਼ਤੇ। ਸੋ ਇਹ ਸਾਰੀਆਂ ਚੀਜ਼ਾਂ ਨਾਲ ਲੈ ਕੇ ਇਸ ਫਿਲਮ ਦੇ ਵਿੱਚ ਅਸੀਂ ਚੱਲੇ। ਜਦੋਂ ਕੋਈ ਵੀ ਬੰਦਾ ਨਵੀਂ ਚੀਜ਼ ਕਰਦਾ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਔਕਵਰਡਨੈਸ ਹੁੰਦੀ ਹੈ, ਪਰ ਉਹ ਚੀਜ਼ਾਂ ਮੇਰੇ ਨਾਲ ਨਹੀਂ ਹੋਈਆਂ। ਉਹਦਾ ਰੀਜ਼ਨ ਮੈਂ ਸਾਰਾ ਕ੍ਰੈਡਿਟ ਸਾਰੇ ਮੇਰੇ ਨਾਲ ਦੀ ਸਟਾਰ ਕਾਸਟ ਜਾਂ ਮੇਰੇ ਡਾਇਰੈਕਟਰ ਸਾਹਿਬ ਜਾਂ ਸਾਡੀ ਟੀਮ ਪ੍ਰੋਡਿਊਸਰ ਸਾਹਿਬ ਜਿੰਨੇ ਵੀ ਮੇਰੇ ਭਰਾ ਨੇ, ਅਸੀਂ ਰਲ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ। ਸੋ ਉਹਦਾ ਕ੍ਰੈਡਿਟ ਮੈਂ ਆਪਦੀ ਨਾਲ ਦੀ ਸਟਾਰ ਕਾਸਟ ਨੂੰ ਇਹ ਦਿੰਦਾ ਵੀ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਰੱਖਿਆ ਔਰ ਇੰਨਾ ਕੁ ਜ਼ਿਆਦਾ ਮੈਨੂੰ ਕੰਫਰਟੇਬਲ ਰੱਖਿਆ। ਕੋਈ ਵੀ ਚੀਜ਼ ਉਹਨਾਂ ਨੂੰ ਲੱਗਦੀ ਸੀ, ਉਹਨਾਂ ਨੇ ਆ ਕੇ ਮੈਨੂੰ ਕਹੀ ਵੀ ਆਪਾਂ ਇੱਥੋਂ ਇਹਨੂੰ ਇੱਦਾਂ ਇੰਪਰੂਵ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਮੇਰੇ ਲਈ ਬੈਸਟ ਐਕਸਪੀਰੀਅੰਸ ਸੀਗਾ। ਅਤੇ ਲਰਨਿੰਗ ਇਜ਼ ਅ ਪ੍ਰੋਸੈਸ, ਐਵਰੀ ਹਰ ਇੱਕ ਸਟੇਜ ਤੋਂ ਕਲਾਕਾਰ ਲਰਨ ਕਰਦਾ ਅਤੇ ਹਰ ਇੱਕ ਮੂਵੀ ਤੋਂ ਕਲਾਕਾਰ ਲਰਨ ਕਰਦਾ। ਸੋ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ। ਇਹ ਜਿਹੜਾ ਪ੍ਰੋਜੈਕਟ ਹੈ ਜੀ, ਇਹ ਸਾਡੇ ਸਾਰਿਆਂ ਦਾ ਪ੍ਰੋਜੈਕਟ ਹੈ ਜੀ। ਇਟਸ ਨੋਟ ਅਬਾਊਟ ਓਨਲੀ ਕੋਕਰੀ, ਇਟਸ ਅਬਾਊਟ ਆਲ ਅਦਰ ਨੇਮਸ। ਸਰਦਾਰ ਸੋਹੀ ਸਾਹਿਬ, ਸਾਡੀ ਅਨੀਤਾ ਦੇਵਗਨ ਜੀ, ਨਿਸ਼ਾ ਬਾਨੋ ਜੀ, ਅਦਿਤੀ ਸ਼ਰਮਾ ਜੀ, ਫਿਰ ਉਸ ਤੋਂ ਬਾਅਦ ਪ੍ਰਕਾਸ਼, ਗਾਧੂ ਜੀ, ਫਿਰ ਸੰਘਾ ਸਾਡਾ, ਕਰਮਜੀਤ ਅਨਮੋਲ ਬਾਈ। ਸੋ ਇਹਦੇ ਵਿੱਚ ਕਈ ਮੇਰੇ ਤੋਂ ਐਕਸਪੀਰੀਅੰਸਡ ਕਲਾਕਾਰ ਨੇ ਜੀ। ਐਂਡ ਇਹ ਫਿਲਮ ਇੱਕ ਕੌਨਸੈਪਟ ਆ, ਇੱਕ ਕੌਨਸੈਪਟ ਕਿਸੇ ਨੂੰ ਵੀ ਖਿੱਚ ਕੇ ਲਿਆ ਸਕਦਾ, ਚੰਗਾ ਕੌਨਸੈਪਟ। ਉਹਦੇ ਲਈ ਕਰੈਕਟਰ ਜਿਹੜਾ ਮਰਜ਼ੀ, ਮੇਰੀ ਜਗ੍ਹਾ ਕੋਈ ਹੋਰ ਬੈਠਾ ਹੁੰਦਾ ਜੀ ਇਸ ਫਿਲਮ 'ਚ, ਤੁਸੀਂ ਤਾਂ ਵੀ ਦੇਖਣੀ ਸੀ। ਜਿਹੜੀ ਲਾਟੂ ਮੂਵੀ ਹੈ, ਇਹ ਗੰਗਾਨਗਰ ਆਪਾਂ ਸ਼ੂਟ ਕੀਤੀ ਹੈ। ਗੰਗਾਨਗਰ ਦੇ ਨੇੜੇ ਪਿੰਡ ਹੈ ਮੌਲਾ ਪਿੰਡ, ਉੱਥੇ ਅਸੀਂ ਸ਼ੂਟ ਕੀਤੀ ਹੈ। ਪਹਿਲਾਂ ਮੇਰੀ ਕੋਸ਼ਿਸ਼ ਇਹ ਰਹੀ ਸੀ ਕਿ ਆਪਾਂ ਇਹਨੂੰ ਅਰਾਊਂਡ ਪੰਜਾਬ, ਆਪਾਂ ਜਿੱਦਾਂ ਬਠਿੰਡਾ ਹੋ ਗਿਆ ਜਾਂ ਫਿਰੋਜ਼ਪੁਰ ਦਾ ਕੋਈ ਏਰੀਆ ਹੋ ਗਿਆ, ਆਪਾਂ ਉਹਦੇ ਅਰਾਊਂਡ ਸ਼ੂਟ ਕਰੀਏ। ਬਟ ਉੱਥੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਮੁਸ਼ਕਿਲ ਆਈ। ਮੈਨੂੰ 2 ਮਹੀਨੇ ਪਹਿਲਾਂ ਇਹ ਲੱਗਿਆ ਕਿ 2 ਮਹੀਨੇ ਵੀ ਕਿਉਂ ਜ਼ਿਆਦਾ ਹੀ ਟਾਈਮ ਲੱਗ ਗਿਆ ਸੀਗਾ ਕਿ ਮੈਨੂੰ ਮੈਂ ਇੱਕ ਨੈਚੁਰਲ ਸੈੱਟ ਲਾਉਣ ਦੀ ਬਜਾਏ ਮੈਨੂੰ ਇਹ ਸੀ ਕਿ ਆਪਾਂ ਇੱਕ ਕੋਈ ਨੈਚੁਰਲ ਚੀਜ਼ਾਂ ਦੇ ਉੱਤੇ ਆਪਾਂ ਲੈ ਕੇ ਆਈਏ ਜਿਹੜੀਆਂ ਆਲਰੇਡੀ ਐਗਜ਼ਿਸਟ ਕਰਦੀਆਂ ਹੋਣ। ਸੋ ਕੁਝ ਚੀਜ਼ਾਂ ਮੈਨੂੰ ਮਿਲੀਆਂ ਵੀ। ਮੈਂ ਜਦੋਂ ਮੌਲਾ ਪਿੰਡ ਪਹੁੰਚਿਆ, ਉੱਥੇ ਮੈਨੂੰ ਕੱਚੇ ਘਰ, ਉਹੀ 1960s ਦੇ ਜਿਹੜੇ ਬੈਕਵਰਡ ਏਰੀਆਜ਼ ਜੇ ਆਪਾਂ ਗੱਲ ਕਰ ਲਈਏ, ਅੱਜ ਦੇ ਥੋੜ੍ਹਾ ਜਿਹਾ ਪਿਛੋਕੜ ਆਪਾਂ ਗੱਲ ਕਰ ਲਈਏ, ਸੋ ਉਹਨਾਂ ਟਾਈਮਾਂ ਦੇ ਰਹੀਸ ਏਰੀਆਜ਼ ਆਪਾਂ ਗੱਲ ਕਰ ਲਈਏ, ਸੋ ਉਹ ਚੀਜ਼ਾਂ ਮੈਨੂੰ ਸਾਰੀਆਂ ਉੱਥੇ ਮਿਲ ਗਈਆਂ। ਥੋੜ੍ਹਾ ਮੈਨੂੰ ਉਹਨਾਂ ਦੇ ਉੱਤੇ ਆਰਟ ਵਰਕ ਐਂਡ ਆਲ, ਮੇਰਾ ਤੀਰਥ ਗਿੱਲ ਭਾਅ ਜੀ ਨੇ ਬਹੁਤ ਸਾਥ ਦਿੱਤਾ, ਜਿਹੜੇ ਸਾਡੇ ਆਰਟ ਡਾਇਰੈਕਟਰ ਨੇ, ਉਹਨਾਂ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ, ਅਤੇ ਆਪਾਂ ਉਹਨੂੰ ਪੂਰਾ ਕਰ ਪਾਏ। ਮੈਨੂੰ ਇਹ ਲੱਗਦਾ ਜੀ, ਮਤਲਬ ਕੌਮੇਡੀ ਤਾਂ ਇਹਦੇ ਵਿੱਚ ਵੀ ਹੈ, ਮੈਂ ਇਹ ਨਹੀਂ ਕਹੂੰਗਾ ਕੌਮੇਡੀ ਨਹੀਂ ਹੈ ਇਹਦੇ ਵਿੱਚ, ਕੌਮੇਡੀ ਵੀ ਹੈ ਇਹਦੇ ਵਿੱਚ, ਐਂਡ ਤੁਹਾਨੂੰ ਸਿਚੁਏਸ਼ਨਲ ਕੌਮੇਡੀ ਇਹਦੇ ਵਿੱਚ ਮਿਲੇਗੀ। ਮੈਨੂੰ ਆਸ ਪੂਰੀ ਹੈ ਜੀ, ਕਿਉਂਕਿ ਅਸੀਂ ਕੁਝ ਡਿਫਰੈਂਟ ਕਰਨ ਜਾ ਰਹੇ ਹਾਂ। ਕੌਨਸੈਪਟ ਥੋੜ੍ਹਾ ਜਿਹਾ ਮੈਂ ਡਿਫਰੈਂਟ ਚੂਜ਼ ਕਰ ਲਿਆ, ਥੋੜ੍ਹਾ ਜਿਹਾ ਕੌਨਸੈਪਟ ਜਿਹੜਾ ਸੀਗਾ ਉਹ ਮੇਰੇ ਲਈ ਚੈਲੇਂਜਿੰਗ ਵੀ ਸੀ ਕਿ 1960s ਦੇ ਵਿੱਚ ਤੁਸੀਂ ਉਹ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਚੀਜ਼ਾਂ ਤੁਸੀਂ ਬਣਾਉਣੀਆਂ ਨਹੀਂ ਹੈ, ਤੁਸੀਂ ਨੈਚੁਰਲੀ ਲੈ ਕੇ ਆਉਣੀਆਂ ਨੇ। ਸੋ ਤੁਸੀਂ ਇੱਕ ਵਾਰੀ ਦੇਖੋਗੇ, ਹੋ ਸਕਦਾ ਕਿ ਤੁਸੀਂ ਜਿਹੜੀਆਂ ਕੌਮੇਡੀ ਫਿਲਮਸ ਦੀ ਆਪਾਂ ਪ੍ਰੋਪਰ ਗੱਲ ਕਰਦੇ ਹਾਂ, ਤੁਹਾਨੂੰ ਇਹਦੇ ਵਿੱਚ ਕੌਮੇਡੀ ਵੀ ਮਿਲੇ, ਤੁਹਾਨੂੰ ਇਮੋਸ਼ਨ ਵੀ ਮਿਲੇ, ਤੁਹਾਨੂੰ ਮਾਂ ਬਾਪ ਦਾ ਪਿਆਰ ਵੀ ਮਿਲੇ, ਐਂਡ ਉਹ ਸਾਰੇ ਕਲਰਸ ਤੁਹਾਨੂੰ ਮਿਲਣ ਜੋ ਸਿਨੇਮਾ ਦੇ ਵਿੱਚ ਹੋਣੇ ਚਾਹੀਦੇ ਨੇ। ਜਿੱਦਾਂ ਅੰਗਰੇਜ਼ ਦੀ ਲੁੱਕ ਸੀ ਮੇਰੇ ਅਤੇ ਅਦਿੱਤੀ ਦੀ ਜੋੜੀ ਬੜੀ ਪਸੰਦ ਕੀ ਸੀ ਸਾਰੇ ਆਰਟਿਸਟਾਂ ਨੇ। ਮੇਰਾ ਫਰੈਂਡ ਦਾ ਕਰੈਕਟਰ ਹੀ ਹੈ ਜੀ ਅਦਿੱਤੀ ਦੇ, ਅਤੇ ਜਿੱਦਾਂ ਉਹ ਸਪੋਰਟ ਕਰਦੀ ਹੈ ਹਮੇਸ਼ਾ ਉਹਦੇ ਹਰ ਕੰਮ ਦੇ ਵਿੱਚ ਹੀ, ਉਹਨੂੰ ਚਾਹੇ ਮਿਲਾਉਣ ਦੇ ਵਿੱਚ ਹੈ, ਉਹਨਾਂ ਦੀ ਲਵ ਸਟੋਰੀ ਨੂੰ ਸਿਰੇ ਲਾਉਣ ਦੀ ਗੱਲ ਕਰੀਏ, ਅਤੇ ਮਤਲਬ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿੰਨੀ ਜ਼ਿਆਦਾ ਹੈਲਪਰ ਹਾਂ, ਤੁਹਾਨੂੰ ਪਤਾ ਹੀ ਹੈ ਹਰ ਮੂਵੀ ਦੇ ਵਿੱਚ ਇੱਦਾਂ ਦਾ ਹੀ ਰੋਲ ਹੈ, ਅਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਰੋਲ ਵੀ ਮੇਰਾ ਦਰਸ਼ਕਾਂ ਨੂੰ ਯਾਦ ਰਹੂਗਾ ਹਮੇਸ਼ਾ। ਦੇਖੋ ਇਹ ਰਹਿੰਦਾ ਕਿ ਮੇਨ ਆਉਣਾ ਜ਼ਰੂਰੀ ਨਹੀਂ ਹੁੰਦਾ, ਤੁਹਾਡਾ ਜਿਹੜਾ ਕਰੈਕਟਰ ਹੈ ਉਹ ਦਰਸ਼ਕਾਂ ਨੂੰ ਯਾਦ ਰਹਿਣਾ ਚਾਹੀਦਾ। ਤੁਸੀਂ ਮੇਨ 'ਤੇ ਆ ਜਾਓ ਅਤੇ ਤੁਸੀਂ 2 ਮਿੰਟਾਂ ਲਈ ਆਓ, ਕਿਸੇ ਗਾਣੇ ਦੇ ਵਿੱਚ ਆਓ ਅਤੇ ਚਲੇ ਜਾਓ, ਅਤੇ ਆਰਟਿਸਟ ਤੁਹਾਨੂੰ ਨੋਟਿਸ ਵੀ ਨਾ ਕਰਨ, ਉਹਦਾ ਕੁਛ ਫਾਇਦਾ ਨਹੀਂ ਹੁੰਦਾ। ਮੇਨ 'ਤੇ ਤੁਹਾਡੇ ਕਰੈਕਟਰ ਸਪੋਰਟਿੰਗ ਦੇ ਵਿੱਚ, ਚਾਹੇ ਤੁਹਾਡਾ ਕਰੈਕਟਰ ਛੋਟਾ ਹੀ ਹੋਵੇ, ਬਟ ਦਰਸ਼ਕਾਂ ਨੂੰ ਪਸੰਦ ਆਵੇ ਅਤੇ ਯਾਦ ਰੱਖਣ। ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਰੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ, ਅਤੇ ਹਰ ਕਰੈਕਟਰ ਨੂੰ ਮੇਰੇ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੈ। ਅਤੇ ਜੇ ਸਾਰਿਆਂ ਦੀਆਂ ਦੁਆਵਾਂ ਰਹੀਆਂ ਤਾਂ ਜ਼ਰੂਰ ਆਪਾਂ ਇਨਸ਼ਾਅੱਲਾ ਜੀ ਮੇਨ 'ਤੇ ਵੀ ਜ਼ਰੂਰ ਆਵਾਂਗੇ।